ਕਰਦਾ ਕਿ ਮੈਂ ਆਪਣੀ ਅਗਲੀ ਮੂਵੀ ਜੇ ਤਾਂ ਐਕਸ਼ਨ ਕਰ ਇਹਨਾਂ ਦਾ ਕੰਮ ਵੇਖਿਓ ਤੁਸੀਂ ਸਰਪ੍ਰਾਈਜ਼ ਹੋਣਾਂਗੇ ਵੀ ਇਹਨਾਂ ਛੋਟਾ ਬੱਚਾ ਇਹਨਾਂ ਨੂੰ ਲਿਟਰਲੀ ਜਿੰਨਾ ਵੀ ਕੰਮ ਵੇਖੋਗੇ ਨਾ ਜੀ ਇਹਨਾਂ ਨੂੰ ਕੋਈ ਪ੍ਰੈਪ ਦੀ ਕੋਈ ਤਿਆਰੀ ਦੀ ਹੋਮਵਰਕ ਦੀ ਲੋੜ ਨਹੀਂ ਪਈ ਸੀ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਵੀ ਵਸਾ ਕਰਨਾ ਹੈ ਇਹ ਰਾਈਟ ਅਵੇ ਤਿੰਨ ਚਾਰ ਵੇਰੀਏਸ਼ਨ ਦੇ ਦਿੰਦੇ ਸੀ ਸਾਨੂੰ ਠੋਕਣਾ ਨਹੀਂ ਮਿਲੋ ਵੱਡੇ ਵੱਡੇ ਠੋਕਦੇ ਬੁਕਰੇ ਰੱਖੇ ਜੁੱਤੀ ਵਾਲੀ ਨੋਕ ਤੇ ਔਰ ਜੱਟ ਨੇ ਨਹੀਂ ਸਾਰੀ ਦੁਨੀਆ ਤੋਂ ਹੱਟਨੇ ਅਸਲਾ ਮੁੱਲ ਲਿਆ ਸਾਡੇ ਡੱਬ ਨੇ ਫਿਲਮ ਸਾਰਿਆਂ ਨੇ ਜ਼ਰੂਰ ਦੇਖਿਆ ਵਾ ਥੈਂਕ ਯੂ ਬਾਈ ਮੂਵੀ ਦਾ ਪ੍ਰੀਮੀਅਰ ਕੀ ਫੀਲ ਕਰ ਰਹੇ ਹੋ ਭਾਈ ਇੰਜੋਏ ਕਰ ਰਹੇ ਆ ਬਹੁਤ ਐਕਸਾਈਟਿਡ ਆ ਜੀ ਹੋਪਫੁਲੀ ਜਿੰਨਾ ਟ੍ਰੇਲਰ ਵਧੀਆ ਲੱਗਾ ਤੁਹਾਨੂੰ ਫਿਲਮ ਵਧੀਆ ਲੱਗੇ ਸਾਰਿਆਂ ਨੂੰ ਤੁਸੀਂ ਦੱਸੋ ਥੋੜੀ ਜੀ ਨਰਵਸ ਹਾਂ ਬਟ ਐਕਸਾਈਟ ਥੋੜੀ ਜੀ ਨਰਵਸ ਹਾਂ ਪਰ ਐਕਸਾਈਟਮੈਂਟ ਬਹੁਤ ਜ਼ਿਆਦਾ ਔਰ ਆਪ ਸਭ ਕੋ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪ ਸਭ ਆਏ ਆਜ ਹਮਾਰੇ ਸਪੋਰਟ ਕੇ ਲਈ ਯਹਾਂ ਪੇ ਬੈਠੋ ਬੋਲਦੀ ਮੈਂ ਨਾ ਜੂਨੀਅਰ ਬਈ ਹਰ ਘਰ ਚ ਇੱਕ ਜਿਹੜਾ ਮੈਨ ਹੁੰਦਾ ਉਹ ਜੂਨੀਅਰ ਹੀ ਹੁੰਦਾ ਸੀਨੀਅਰ ਉਹਨਾਂ ਦੀ ਵਾਈਫ ਹੁੰਦੀ ਆ ਜਿਹੜੀ ਡਾਟਰ ਹੁੰਦੀ ਆ ਉਹ ਬੌਸ ਹੁੰਦੀ ਆ ਸੋ ਇਹ ਇੱਕ ਰੀਜ਼ਨ ਸੀਗਾ ਦੂਜਾ ਇਹ ਸੀਗਾ ਵੀ ਅਸੀਂ ਐਕਸਪੈਕਟੇਸ਼ਨ ਪਹਿਲੇ ਪੋਸਟਪੋਨ ਟਾਈਟਲ ਤੋਂ ਬਹੁਤ ਹੀ ਹਾਈ ਨਹੀਂ ਸੀ ਰੱਖਣਾ ਚਾਹੁੰਦੇ ਕਿਉਂਕਿ ਸਾਨੂੰ ਪਤਾ ਸੀ ਸਾਡਾ ਕੰਟੈਂਟ ਸੀਨੀਅਰ ਆ ਸੋ ਅਸੀਂ ਟਾਈਟਲ ਰੱਖਿਆ ਫਿਰ ਅਸੀਂ ਜਿਵੇਂ ਜਿਵੇਂ ਆਪਣੇ ਕੰਟੈਂਟ ਅਨਫੋਲਡ ਕੀਤੇ ਉਵੇਂ ਵੀ ਲੋਕਾਂ ਨੇ ਕਿਹਾ ਯਾਰ ਵੀ ਪਹਿਲੋਂ ਇੰਨੀ ਉਮੀਦ ਨਹੀਂ ਸੀ ਪਰ ਇੱਕਦਮ ਪਟਾਕਾ ਪਿਆ ਸੋ ਇਹ ਵੀ ਇੰਟੈਂਸ਼ਨ ਹੀ ਸੀਗਾ ਬਿਲਕੁਲ टाइटल अब कॉन्ट्रास्ट क्रिएट करने के लिए रखा था ताकि कॉन्ट्रास्ट क्रिएट करने के लिए रखा था ताकि नाम छोटा हो लेकिन फिर जब लोग टीजर ट्रेलर और फिल्म देखे तो उन्हें पता चले धमाका बहुत बड़ा है इसीलिए और एंड द मोस्ट स्पेशल थिंग अमीक मेंशन करना भूल गए अमीक के एक बहुत खास दोस्त हमारे साथ अब नहीं रहे उनका नाम जय चीमा है तो जूनियर का जो एक्चुअल नाम है वो जय चीमा है और उसी का एक छोटा निकनेम रखते हैं उसके लिए जूनियर घर वाला नाम जिवें हुंदा जी अल बेबी ਦਾ ਵੀ ਰੋਲ ਵਿੱਚ ਹੈਗਾ ਆਈ ਥਿੰਕ ਜੇ ਤੁਹਾਨੂੰ ਪੋਸਟਰ ਦੇਖ ਕੇ ਆਈਡੀਆ ਹੋ ਰਿਹਾ ਤੇ ਕਿੰਨਾ ਪ੍ਰੇਪੇਅਰ ਕਰਨਾ ਪਿਆ ਇਹਨਾਂ ਨੂੰ ਤੇ ਕੋਈ ਪ੍ਰੈਪ ਦੀ ਕੋਈ ਤਿਆਰੀ ਦੀ ਹੋਮਵਰਕ ਦੀ ਲੋੜ ਨਹੀਂ ਪਈ ਸੀ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਵੀ ਵਸਾ ਕਰਨਾ ਹੈ ਇਹ ਰਾਈਟ ਅਵੇ ਤਿੰਨ ਚਾਰ ਵੇਰੀਏਸ਼ਨ ਦੇ ਦਿੰਦੇ ਸੀ ਸਾਨੂੰ ਐਸੀ ਗੱਲ ਨਹੀਂ ਹੈਗੀ ਉਹ ਅਸੀਂ ਕਿਹਾ ਸੀਗਾ ਬਾਕੀ ਐਕਟਰ ਜਿਹੜੇ ਹੁੰਦੇ ਨੇ ਬਿਜ਼ੀ ਹੁੰਦੇ ਨੇ ਸੋ ਐਕਟਰਸ ਯੂਜ਼ਲੀ ਬਿਜ਼ੀ ਹੁੰਦੇ ਨੇ ਕਈਆਂ ਦਾ ਸ਼ੂਟ ਚੱਲਦਾ ਕਈ ਆਊਟ ਆਫ ਇੰਡੀਆ ਨੇ ਸੋ ਜਿਹੜੇ ਆਏ ਨੇ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਆ ਸਕੇ ਉਹਨਾਂ ਦਾ ਵੀ ਧੰਨਵਾਦ ਅਤੇ ਬਸ ਇਹੀ ਕਹਿਣਾ ਚਾਹੂੰਗਾ ਜੀ ਕਿਸੇ ਨੂੰ ਨਹੀਂ ਦੇਖੋ ਮੋਸਟਲੀ ਤਾਂ ਲੜਾਈ ਵਧਾਉਣ ਵਾਲਾ ਤਾਂ ਕੋਈ ਮਕਸਦ ਨਹੀਂ ਹੈਗਾ ਜੀ ਕੋਈ ਏਮ ਨਹੀਂ ਹੁੰਦਾ ਕਦੀ ਵੀ ਲੜਾਈ ਸ਼ੁੱਡ ਬੀ ਅਵੋਇਡਬਲ ਹਰ ਥਾਂ 'ਤੇ ਅਤੇ ਪਰ ਗੱਲ ਇਹ ਆ ਵੀ ਪੰਜਾਬੀ ਹੋਣ ਦੇ ਨਾਤੇ ਗੱਲ ਜਦੋਂ ਇੱਕ ਲੈਵਲ ਤੋਂ ਵੱਧ ਜੇ ਫਿਰ ਇੱਕ ਪਾਸਾ 'ਤੇ ਕਰਨਾ ਹੀ ਪੈਂਦਾ ਜਦੋਂ ਪਰਿਵਾਰ 'ਤੇ ਗੱਲ ਆ ਜੇ ਫਿਰ ਤਾਂ ਦੇਰ ਇਜ਼ ਨੋ ਸਟੈਪਿੰਗ ਬੈਕ ਭਾਜੀ ਮੂਵੀ ਦੀ ਸਿਨਮੈਟਿਕ ਅਸੀਂ ਦੇਖ ਰਹੇ ਹਾਂ ਕਿ ਥੋੜ੍ਹਾ ਹੋਲੀਵੁੱਡ ਟੱਚ ਜਾਂ ਥੋੜ੍ਹਾ ਹੋਲੀਵੁੱਡ ਫੀਲ ਆ ਰਿਹਾ ਦੇਖ ਕੇ ਮੈਨੂੰ ਹਜੇ ਵੀ ਖੂਬਸੂਰਤ ਫਿਲਮ ਬਣਾ ਕੇ ਜ਼ਿਆਦਾ ਮਜ਼ਾ ਆਉਂਦਾ ਜੀ ਉਹਦੇ ਲਈ ਮੈਨੂੰ ਐਕਟਿੰਗ ਕਰਨੀ ਪਵੇ ਮੈਨੂੰ ਸੈੱਟ ਤੇ ਝੜ ਲਾਉਣਾ ਪਵੇ ਮੈਨੂੰ ਗਾਣੇ ਗਾਣੇ ਪਾਉਣੇ ਸਭ ਕਰੂੰਗਾ ਜੀ
डन चलिए जी अंदर मिलते हैं थैंक यू हां जी थैंक यू ਅੱਜ ਕਿਹਾ ਵੀਰੇ ਸਾਰਿਆਂ ਨੂੰ ਭਾਈ ਨੂੰ ਬਹੁਤ ਸਾਰੀਆਂ ਮੁਬਾਰਕਾਂ ਸਾਰੀ ਟੀਮ ਨੂੰ ਅਤੇ ਟ੍ਰੇਲਰ ਸਾਰਿਆਂ ਨੇ ਦੇਖੀ ਹੈ ਹਾਂਜੀ ਅਤੇ ਬਹੁਤ ਘੈਂਟ ਆ ਸਾਰਿਆਂ ਨੂੰ ਰਿਸਪੋਂਸ ਵਧੀਆ ਦੇ ਤੁਸੀਂ ਸਾਰੇ ਫੈਮਿਲੀ ਦੇ ਨਾਲ ਸਾਰਿਆਂ ਨੇ ਫਿਲਮ ਦੇਖਣ ਆਇਓ ਤੁਹਾਨੂੰ ਬਹੁਤ ਚੰਗੀ ਲੱਗੀ ਭਾਈ ਜੀ ਬਹੁਤ ਸਾਰੀ ਮੁਬਾਰਕ ਥੈਂਕ ਯੂ ਭਾਈ ਥੈਂਕ ਯੂ ਵੀਡੀਓ ਦੱਸੋ ਫਿਕਰ ਲੱਕ ਮਰੋੜੇ ਖਾਂਦਾ ਜਿੱਦਾਂ ਡਿਸਕਵਰੀ ਤੇ ਸੱਪ ਕੁੜੇ ਪਾ ਕੇ ਰੱਖਦਾ ਬੋਲ ਬੈਂਦ ਜੱਟ ਕੱਟ ਕੇ ਰੱਖਦਾ ਬੱਟ ਕੁੜੇ ਹਲਕੀ ਹਲਕੀ ਦਾੜੀ ਜੱਟਗੇ ਪਰ ਮੁਸਟੈਚਾ ਭਾਰੀ ਹੈ ਸਾਡੇ ਬਾਰੇ ਇਨਫੋਰਮੇਸ਼ਨ ਗੂਗਲ ਉੱਤੇ ਸਾਰੀ ਹੈ ਠੁੱਕਣਾ ਨੀ ਬਿੱਲੋ ਵੱਡੇ ਵੱਡੇ ਠੋਕਦੇ ਬੁਕਰੇ ਰੱਖੇ ਜੁੱਤੀ ਵਾਲੀ ਨੋਕ ਤੇ ਉਹ ਜੱਟ ਨੇ ਨੀ ਸਾਰੀ ਦੁਨੀਆਂ ਤੋਂ ਹੱਟ ਨੇ ਅਸਲਾ ਮੁੱਲ ਲਿਆ ਸਾਡੇ ਡੱਬ ਨੇ ਫਿਲਮ ਸਾਰਿਆਂ ਨੇ ਜ਼ਰੂਰ ਦੇਖਿਆ ਥੈਂਕ ਯੂ ਬਾਈ ਓਕੇ ਸੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਮੈਂ ਹਲੇ ਤੱਕ ਇੰਨੀ ਸੋਹਣਾ ਟ੍ਰੇਲਰ ਨਹੀਂ ਦੇਖਿਆ ਪੰਜਾਬੀ ਫਿਲਮਾਂ ਚ ਇੰਨਾ ਵਧੀਆ ਐਕਸ਼ਨ ਮੈਨੂੰ ਲੱਗਦਾ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਫਿਲਮ ਟ੍ਰੇਲਰ ਬਹੁਤ ਸੋਹਣਾ ਲੱਗ ਰਿਹਾ ਹੈ ਬਹੁਤ ਮਿਹਨਤ ਕੀਤੀ ਹੈ ਟੀਮ ਨੇ ਸੋ ਤੁਸੀਂ ਜ਼ਰੂਰ ਦੇਖਿਓ ਥੈਂਕ ਯੂ ਉਹਨਾਂ ਦੀ ਸਟੋਰੀ ਮੈਂ ਬੋਲੀ ਸੀ ਬਹੁਤ ਜਰਨੀ ਹਾਂ ਮਾਈਕ ਕੈਪ ਬਾਕੀ ਸਿਰ ਹੈ ਉਹਨਾਂ ਨੇ ਮਿਹਨਤ ਕੀਤੀ ਹੋਈ ਹੈ ਸੋ ਮਿਹਨਤ ਉਹਨਾਂ ਦੇ ਅਪੀਅਰੈਂਸ ਤੋਂ ਹੀ ਦਿਖ ਰਹੀ ਹੈ ਨਾਲੇ ਉਹਨਾਂ ਦੇ ਕੰਮ ਤੋਂ ਵੀ ਦਿਖ ਰਹੀ ਹੈ ਸੋ ਆਈ ਐਮ ਵੈਰੀ ਐਕਸਾਈਟਡ ਟੂ ਸੀ ਹਿਮ ਔਨ ਸਕਰੀਨ थैंक यू बहुत मजा आया फिल्म देख के और मैं सारे लोगों को जरूर जाके देखो एक्शन बहुत डिफरेंट है क्योंकि मैं खुद एक्शन करता रहा मेनू तो बहुत वधिया लगे और कई 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 जगह तो लगता है कि कोई हॉलीवुड हीरो साडे जा रहा है हां जी जी बहुत बहुत मुबारक सारी जी बहुत थोड़ा काम करना पसंद करते होंगे कि सानू कोई ना नेक्स्ट लेवल का कंपटीशन दे लगता है हम एक ने बिल्कुल बिल्कुल पास ऐसा फायदा भरा है ऐसा फायदा होता है कट्टे कट्टे आ जी हौसला होया एक्शन ते इन्ना पैसा लाया जाए भाई लोग देखने याद रख क्योंकि ਭਾਈ ਸਿੰਗਲ ਹੈਂਡਡਲੀ ਇਹ ਹੋ ਗਏ ਕਰਤਾਰ ਭਾਈ ਹੋ ਗਏ ਗੈਵੀ ਭਾਈ ਨੇ ਬਹੁਤ ਸੋਹਣਾ ਬਾਲੀਵੁੱਡ ਦਾ ਕੰਮ ਕੀਤਾ ਹੋਇਆ ਆਈ ਐਮ ਸੌਰੀ ਜੇ ਮੈਂ ਕਿਸੇ ਦਾ ਨਾਮ ਭੁੱਲ ਗਿਆ ਤੇ ਲਿਟਰਲੀ ਇਹਨਾਂ ਨੂੰ ਬਹੁਤ ਵੱਡਾ ਕ੍ਰੈਡਿਟ ਜਾਂਦਾ ਭਾਈ ਬਹੁਤ ਸਰ ਭਾਈ ਮੂਵੀ ਦੇ ਕਹਿ ਨਹੀਂ ਲੱਗਦਾ ਕਿ ਜ਼ਿਆਦਾ ਸਿੱਖ ਲਿਆ ਬਹੁਤ ਅੱਛੀ ਐਕਟਿੰਗ ਹੈ ਬਹੁਤ ਜ਼ਿਆਦਾ ਐਕਸਪ੍ਰੈਸ਼ਨ ਨੇ ਤੁਹਾਡੇ ਉਹ ਇਹ ਇਹ ਐਕਸ਼ਨ ਦੇਖ ਕੇ ਮੈਨੂੰ ਵੀ ਲੱਗਦਾ ਕਿ ਮੈਂ ਆਪਣੀ ਅਗਲੀ ਮੂਵੀ 'ਚ ਇਦਾਂ ਦਾ ਐਕਸ਼ਨ ਕਰਾਂ ਬਿਲਕੁਲ ਔਰ ਅਮੀਕ ਭਾਈ ਬਹੁਤ ਸੋਹਣਾ ਕੰਮ ਕੀਤਾ ਹੈ ਜੀ ਔਰ ਬਹੁਤ ਚੰਗੇ ਇਨਸਾਨ ਨੇ ਬਹੁਤ ਵਧੀਆ ਭਰਾ ਬਿਲਕੁਲ ਸੋ ਮੈਂ ਸਾਰਿਆਂ ਨੂੰ ਕਹੂੰਗਾ ਜੀ ਕੱਲ੍ਹ ਜਾ ਕੇ ਫਿਲਮ ਜ਼ਰੂਰ ਦੇਖੋ ਬਿਲਕੁਲ ਪਰ ਜਸਪਾਲ ਸੰਧੂ ਜੀ ਸਾਡੇ ਜੀ ਮਤਲਬ ਹੁਣੇ ਬੰਬੇ ਨੇ ਬਾਲੀਵੁੱਡ ਦੀ ਫਿਲਮ ਕਰ ਰਹੇ ਨੇ ਉਹਨਾਂ ਨੂੰ ਬਹੁਤ ਫਿਲਮ ਦੀ ਫਿਲਮ ਫੇਰ ਮਿਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਉਹਨਾਂ ਨੇ ਰਲ ਕੇ ਇਸ ਫਿਲਮ ਨੂੰ ਇਸ ਲੈਵਲ ਤੇ ਇੰਨਾ ਕੁ ਪਸੰਦ ਕਰਨ ਯੋਗ ਬਣਾਇਆ ਸਰ ਸਾਡੇ 뮤직 ਡਾਇਰੈਕਟਰ ਨੇ ਇਹ ਬੈਕਗ੍ਰਾਉਂਡ 뮤직 ਇਹਨਾਂ ਨੇ ਕੀਤਾ ਜਦੋਂ ਵੀ ਲੋਕੀ ਕਹਿੰਦੇ ਨੇ ਤੁਸੀਂ ਕਹਿੰਦੇ ਹੋ ਯਾਰ 뮤직 ਹੋਰ ਕੋਈ ਲੈਵਲ ਦਾ ਬਿਲਕੁਲ ਬਿਲਕੁਲ ਸਰ ਅਸੀਂ ਸੋਚ ਵੀ ਨਹੀਂ ਸਕਦੇ ਸੀ ਜਿਹੜੇ ਲੈਵਲ ਤੇ ਇਹ ਲੈ ਕੇ 뮤직 ਨੂੰ ਤੁਸੀਂ ਯਕੀਨ ਮੰਨਿਓ ਮੋਰ ਦੈਨ 50% ਆਵਾਜ਼ਾਂ ਇਹਨਾਂ ਨੇ ਆਪਣੇ ਮੂੰਹ ਨਾਲ ਗਣ ਨਾਲ ਗੱਡੀਆਂ ਹੋਈਆਂ ਨੇ ਜਿਨ੍ਹਾਂ ਨੂੰ 뮤직 ਦਾ ਰੂਪ ਦਿੱਤਾ ਬਹੁਤ ਵਧੀਆ ਕੀ ਬਾਤ ਹੈ ਸਰ ਰੌਂਗ ਤੇਲਗੂ ਇੰਡਸਟਰੀ ਸਰ ਪਲੀਜ਼ ਦੋ ਸ਼ਬਦ ਨਮਸਤੇ ਸਤਿ ਸ਼੍ਰੀ ਅਕਾਲ ਥਿਸ ਇਜ਼ ਸ੍ਰੀ ਚਰਨ ਥਿਸ ਇਜ਼ ਮਾਈ ਫਰਸਟ ਪੰਜਾਬੀ ਫਿਲਮ ਐਂਡ ਆਈ ਐਮ ਮੋਰ ਦੈਨ ਗਲੈਡ ਟੂ ਹੈਵ ਬੀਨ ਐਸੋਸੀਏਟਡ ਵਿਦ ਅਮਿਤ ਹਰਮਨ ਐਂਡ ਦ ਹੋਲ ਟੀਮ The taking, making, direction, everything looked phenomenal when I saw the movie for the first time. It looked like the Hollywood film, yeah. And I always thought I should give that kind of a score also. So I'm really glad that all of you are liking the film, the background score, and thank you so much. Telugu mein please thank you Gadi ji. Ah, dhanyavaad Alu. Thank you so much. And Punjab also welcome you with all our. Thank you so much. I wish to do more and more here. Thank you. Thanks a lot. मैं इन्ना शुक्रगुजार हाँ सारे का भी इन्हों सारे ने अपना 100% दिता इन्ना समा इन्नी देर अपने घरों दूर अपने परिवारों को दूर एक फिल्म में अपना आप समर्पण करके इन्होंने 2 साल बिल्कुल मेरे बिल्कुल जिवें मैं इधर चलीए इधर रहीए इधर रहने पे हाँ चंगिया तो माड़िया थावान से शमशेर संधु जी ने यह 4 वारी US तो इन्हों का वीज़ा लग गया से जल्दी वापस आए ने दोबारा दोबारा साडा रिलीज़ डेट ली अगे हो जाती सी कि फिर दोबारा वापस आते कि भी हूँ रिलीज़ होनी है फाइनली रिलीज़ करा के इन्हों तोरेंगे जी हूँ
ਭਾਜੀ ਕੋਈ ਵੀ ਫਿਲਮ ਚੁਣੌਤੀ ਵਾਲਾ ਸਫ਼ਰ ਹੀ ਹੁੰਦਾ ਜੀ, ਸੌਖਾ ਨਹੀਂ ਹੁੰਦਾ। ਪਰ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ, ਜਿਹੜੀਆਂ ਔਕੜਾਂ ਹੁੰਦੀਆਂ ਨੇ, ਕਠਿਨਾਈਆਂ ਹੁੰਦੀਆਂ ਨੇ, ਉਹੀ ਕੱਲ੍ਹ ਨੂੰ ਹਸੀਨ ਪਲ ਬਣ ਕੇ ਯਾਦ ਆਉਂਦੇ ਨੇ। ਜਦੋਂ ਆਪਾਂ ਛੋਟੇ ਹੁੰਦੇ ਸਕੂਲ 'ਚ ਫੇਲ ਹੁੰਦੇ ਸੀ ਨਾ, ਸਾਨੂੰ ਡਰ ਲੱਗਦਾ ਸੀ ਵੀ ਘਰਦਿਆਂ ਕੋਲ ਜਾਣਾ ਕਿਵੇਂ ਆ, ਮਾਰ ਪੈਣੀ ਹੈ ਜਾਂ ਗਾਲਾਂ ਪੈਣੀਆਂ ਨੇ। ਪਰ ਅਸੀਂ ਸਾਰੀ ਉਮਰ ਉਹਨਾਂ ਯਾਦਾਂ ਨੂੰ ਹੀ ਹੱਸ ਕੇ ਸੁਣਾਉਂਦੇ ਹਾਂ ਅਤੇ ਸੁਣਦੇ ਹਾਂ। ਸੋ ਫਿਲਮ ਮੇਕਿੰਗ ਬਹੁਤ ਕਠਿਨ ਕੰਮ ਹੈ ਬਈ, ਬਟ ਫਿਲਮ ਦਾ ਰਿਜ਼ਲਟ ਜੋ ਵੀ ਹੋਵੇ ਰਿਸਪੈਕਟਿਵ ਆ, ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਖੂਬਸੂਰਤ ਯਾਦ ਬਣ ਕੇ ਰਹਿੰਦੀਆਂ ਨੇ। ਜਿਉਂਦੇ ਵੱਸਦੇ ਰਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਫਿਲਮ ਵੇਖਣ ਜਾਣਾ ਹੈ। ਜਿਨ੍ਹਾਂ ਦਾ ਹਜੇ ਤੱਕ ਪਲੈਨ ਨਹੀਂ ਬਣਿਆ ਉਹਨਾਂ ਨੂੰ ਬੇਨਤੀ ਆ ਵੀ ਪਲੀਜ਼ ਜਾਓ, ਤੁਸੀਂ ਡਿਸਅਪੁਆਇੰਟ ਨਹੀਂ ਹੋਵੋਗੇ। ਅਸੀਂ ਬਹੁਤ ਜ਼ੋਰ ਲਾਇਆ, ਬਾਕੀ ਸਾਰੇ ਲਾਉਂਦੇ ਨੇ, ਅਸੀਂ ਵੀ ਲਾਇਆ, ਅਸੀਂ ਕੁਛ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਫੀ ਹੱਦ ਤੱਕ ਜਿਵੇਂ ਤੁਹਾਡੇ ਬਿਆਨ ਨੇ ਵੀ ਸਫਲ ਵੀ ਹੋਏ ਹਾਂ, ਅਤੇ ਜਿੰਨਾ ਪਿਆਰ ਮੀਡੀਆ ਨੇ ਦਿੱਤਾ, ਆਈ ਰੀਅਲੀ ਹੋਪ ਕਿ ਆਡੀਅੰਸ ਉਨਾ ਹੀ ਉਹ ਤੋਂ ਵੱਧ ਕੇ ਪਿਆਰ ਦੇਵੇ, ਟਰੱਕ ਭਰ ਭਰ ਕੇ ਫਿਲਮ ਵੇਖਣ ਜਾਣ ਦੀ। ਕਾਫੀ ਰਿਸਰਚ ਕਰਨੀ ਵੀ ਭਾਅ ਜੀ ਇਸ ਸਟੋਰੀ 'ਤੇ, ਬੜੀ ਡਿਫਰੈਂਟ ਜਿਹਾ ਕੋਨਸੈਪਟ ਸੀਗਾ, ਕਿੰਨੇ ਦਿਨ ਦਾ ਸ਼ੂਟ ਸੀਗਾ ਆਪਣੀ? ਭਾਅ ਜੀ ਇਹਦਾ 53 ਕਿ 54 ਦਿਨ ਦਾ ਹੋ ਗਿਆ ਸ਼ੂਟ। ਓਕੇ, ਅਤੇ ਗਿਣਿਆ ਨਹੀਂ ਟੋਟਲ, ਇੰਨਾ ਹੈ ਮਤਲਬ, ਅਤੇ 54 ਡੇਜ਼ ਦਾ ਸ਼ੂਟ ਹੋ ਗਿਆ ਜੀ। ਅਰਮੀਨੀਆ, ਜੋਰਜੀਆ, ਪੰਜਾਬ, ਮੋਸਟਲੀ ਚੇਨਈ, ਬੋਂਬੇ ਮਿਕਸ ਕੀਤੀਆਂ ਲੋਕੇਸ਼ਨਸ ਨੂੰ। ਸੋ ਉਹ ਫਲੇਵਰ ਇੱਕ ਜੋ ਆਮ ਹਰ ਰੋਜ਼ ਹਰ ਹਫ਼ਤੇ ਪੰਜਾਬੀ ਫਿਲਮਾਂ ਆ ਰਹੀਆਂ ਨੇ, ਜਿਹੜੀਆਂ ਕਿ ਬਹੁਤ ਖੂਬਸੂਰਤ ਨੇ, ਬਹੁਤ ਵੱਡੀਆਂ ਨੇ, ਇੱਕ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਤੜਕਾ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਸੋ ਇਹ ਸੀਗਾ ਵੀ ਨਵੀਆਂ ਲੋਕੇਸ਼ਨਸ ਹੋਣ, ਨਵੇਂ ਸਿਨੇਮੈਟੋਗ੍ਰਾਫਰਸ ਹੋਣ, ਨਵੇਂ ਜਿਵੇਂ ਸ੍ਰੀਚਰਨ ਸਰ ਹੈ, ਸੋ ਅਸੀਂ ਹਾਂਜੀ ਬੈਕਗਰਾਊਂਡ ਸਕੋਰ ਲੈ ਕੇ ਸਾਊਥ 'ਚ ਚਲੇ ਗਏ, ਸ਼ੂਟਿੰਗ ਲੈ ਕੇ ਈਸਟ 'ਚ ਚਲੇ ਗਏ, ਵੈਸਟ 'ਚ ਚਲੇ ਗਏ, ਉਹ ਪੰਗੇ 'ਚ ਲਏ ਨੇ। ਸੋ ਮੈਨੂੰ ਲੱਗਦਾ ਵੀ ਅਸੀਂ ਕਾਫੀ ਹੱਦ ਤੱਕ ਸਫਲ ਵੀ ਹੋਏ ਹਾਂ ਬਈ, ਅਤੇ ਬਹੁਤ ਮਾਣ ਵੀ ਮਹਿਸੂਸ ਹੁੰਦਾ ਪਿਆ ਵੀ ਅਸੀਂ ਇੰਨੇ ਸਾਲ ਦੀ ਮਿਹਨਤ ਤੋਂ ਬਾਅਦ ਜੋ ਅਸੀਂ ਚਾਹਿਆ ਉਹ ਕਾਫੀ ਹੱਦ ਤੱਕ ਮੁਕੰਮਲ ਕੀਤਾ। ਸੋ ਅਗੇਨ ਥੈਂਕ ਯੂ ਸੋ ਮਚ। ਪੰਜਾਬ ਇੰਡਸਟਰੀ ਦਾ ਸਰ ਤੁਸੀਂ ਕਾਫੀ ਉੱਪਰ ਲੈ ਗਏ ਹੋ। ਆਈ ਰੀਅਲੀ ਹੋਪ ਬਈ, ਸਾਰੇ ਲੈ ਕੇ ਜਾਂਦੇ ਨੇ, ਸਾਰੇ ਬਹੁਤ ਮਿਹਨਤ ਕਰਦੇ ਨੇ ਜੀ, ਮੇਰਾ ਉਹਦੇ 'ਚ 1% ਮੇਰਾ ਵੀ ਨਾਂ ਜੀ ਆ ਜਾਏਗਾ ਤਾਂ ਮੈਂ ਬਹੁਤ ਮਾਣ ਮਹਿਸੂਸ ਕਰਦਾ ਜੀ। ਬਹੁਤ ਅੱਛਾ ਲੱਗਿਆ ਭਾਅ ਜੀ, ਥੈਂਕ ਯੂ ਸੋ ਮਚ।